اعوذ باللہ من الشیطان الرجیم، بسم اللہ الرحمن الرحیم۔ لاکھوں کروڑوں درود و سلام میرے نبی صلی اللہ علیہ وآلہ وسلم پر اور آپ صلی اللہ علیہ وآلہ وسلم کی آل پر۔ تو جی جناب، گجرات منڈی جی ہفتہ وار منڈی ہے جناب۔ گجرات بارش آج صبح بڑی ہوئی ہے، چکڑ ہے تو پانی جناب بڑا ہے منڈی دے بیچ، بڑی بارش ہوئی ہے صبح دے ٹائم پہ۔ دیکھنے ہاں جناب بارش کا کی اثر پیا ہے وپاریاں تے یا گاہکاں تے۔ ਨਾਓ ਕਿ ਕਿਤਨੀਆਂ ਕੋ ਲਿਆਂਦੀਆਂ ਜੀ ਅੱਜ? ਦੋ ਤ੍ਰੈ ਨੇ, ਠੀਕ ਹੋ ਗਿਆ। ਐ ਦੋ ਆ ਤੇ ਇੱਕੋ ਬੈਠੀ ਹੈ, ਠੀਕ ਹੋ ਗਿਆ। ਦੋ ਜੀ ਜਨਾਬ ਮੱਝ, ਹਾਂ ਮੱਝ ਖੋਲੋ ਜ਼ਰਾ। ਦੋ ਜੀ ਜਨਾਬ ਮੱਝ ਵੇਖਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ, ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ ਸਿਰ ਤੋਂ ਲਾ ਕੇ ਪੈਰਾਂ ਤੱਕ। ਜਨਾਬ ਭਰਾਵਾਂ ਨੂੰ ਮੱਝ ਦਿਖਾਉਣੀ ਹੈ। ਹਾਏ ਮਾਸ਼ਾਅੱਲਾ, ਹਾਏ ਮਾਸ਼ਾਅੱਲਾ। ਮੱਝ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖ ਲੈਣੀ ਹੈ ਸਿਰ ਤੋਂ ਲਾ ਕੇ ਪੈਰਾਂ ਤੱਕ। ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ। ਮਾਸ਼ਾਅੱਲਾ ਜੀ, ਬਹਾਨਾ ਵੇਖਣਾ ਭਰਾਵਾਂ ਨੇ ਮੱਝ ਦਾ, ਲਿਬਾਸ ਵੇਖਣਾ ਜਨਾਬ ਭਰਾਵਾਂ ਨੇ ਮੱਝ ਦਾ ਪੂਰੀ ਤਸੱਲੀ ਨਾਲ। ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ। ਹੋਰ ਜਨਾਬ ਮੱਝ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖ ਲਈ ਹੈ। ਸਿੰਘਾਂ ਤੋਂ ਲਾ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ। ਅੱਖੀ ਵੇਖਣੀ ਹੈ ਜਨਾਬ ਭਰਾਵਾਂ ਨੇ ਮੱਝ, ਬਹਾਨਾ ਵੇਖ ਲੈਣਾ ਜਨਾਬ ਭਰਾਵਾਂ ਨੇ। ਬਸ ਠੀਕ ਹੈ, ਬੰਨ ਦਿਓ ਬੰਨ ਦਿਓ। ਹਾਏ ਮਾਸ਼ਾਅੱਲਾ, ਹਾਏ ਮਾਸ਼ਾਅੱਲਾ। ਠੀਕ ਹੋ ਗਿਆ। ਲਓ ਜੀ, ਲਓ ਜੀ ਫੜੋ ਜੀ। ਅੱਛਾ ਜੀ, ਇਹਦੀ ਗੱਲ ਸੁਣਾਓ। 5,20,000 ਕਿਤਨੀਆਂ ਤਾਰਾਂ ਸੀ? 14 ਡੱਬੇ। ਤੇ ਜਾਂ ਮਗਰ ਕੱਟੀ ਹੈ? ਕੱਟਾ ਕੱਟਾ। 14 ਡੱਬੇ ਤਾਰਾਂ ਨੇ, 5,20,000 ਅਸ਼ਾਬਾਸ਼ੇ। ਲਓ ਜੀ ਜਨਾਬ, ਕਿਸੇ ਭਰਾ ਨੂੰ ਅਗਰ ਪਸੰਦ ਆਵੇ ਤੇ 4,85,000 ਦੀ ਜਨਾਬ ਝੋਟੀ ਲੱਭ ਜਾਏਗੀ। ਕਿਤਨਾ ਸੋਇਆ? ਚੌਥਾ ਸੋਇਆ ਜਨਾਬ, 4,85,000 ਦੀ ਲੱਭ ਜਾਏਗੀ। 14 ਡੱਬੇ ਜਨਾਬ ਤਾਰਾਂ ਨੇ, ਮਗਰ ਜਾ ਕੱਟਾ ਹੈ। ਕਿਤਨੇ ਦਿਨ ਹੋ ਗਏ ਸੁਣਿਆ? ਦੂਸਰਾ ਦਿਨ ਨੇ, ਠੀਕ ਹੈ। ਦੂਸਰਾ ਦਿਨ ਹੋ ਗਿਆ। ਹੋਰ ਕਿਹੜੀ ਜੀ ਅਗਲੀ? ਇਹ ਹੋ ਗਈ, ਇਹ ਵੀ ਰੱਤੀ ਕੱਟੀ ਜੇ ਮਗਰ ਕੱਟਾ, ਰੱਤਾ ਕੱਟਾ ਮਗਰ ਜਨਾਬ। ਲਓ ਜੀ ਅਗਲੀ ਜਨਾਬ ਝੋਟੀ, ਅਗਲੀ ਝੋਟੀ ਵੇਖਣੀ ਹੈ ਭਰਾਵਾਂ ਨੇ ਜਨਾਬ ਪੂਰੀ ਤਸੱਲੀ ਨਾਲ। ਜਨਾਬ ਭਰਾਵਾਂ ਨੇ ਝੋਟੀ ਵੇਖ ਲੈਣੀ ਹੈ। ਹਾਏ ਮਾਸ਼ਾਅੱਲਾ। ਲਓ ਜੀ ਝੋਟੀ ਭਰਾਵਾਂ ਨੇ ਵੇਖ ਲੈਣੀ ਹੈ ਪੂਰੀ ਤਸੱਲੀ ਨਾਲ। ਭਰਾਵਾਂ ਨੇ ਝੋਟੀ ਵੇਖਣੀ ਹੈ ਸਿਰ ਤੋਂ ਲਾ ਕੇ ਪੈਰਾਂ ਤੱਕ। ਜਨਾਬ ਭਰਾਵਾਂ ਨੇ ਝੋਟੀ ਵੇਖ ਲੈਣੀ ਹੈ, ਝੋਟੀ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖ ਲੈਣੀ ਹੈ ਜਨਾਬ ਸਿਰ ਤੋਂ ਲਾ ਕੇ ਪੈਰਾਂ ਤੱਕ। ਜਨਾਬ ਭਰਾਵਾਂ ਨੇ ਝੋਟੀ ਵੇਖ ਲੈਣੀ ਹੈ। ਹਾਏ ਮਾਸ਼ਾਅੱਲਾ, ਹਾਏ ਮਾਸ਼ਾਅੱਲਾ ਜਨਾਬ। ਝੋਟੀ ਦੀ ਗੱਲ ਵੀ ਦੱਸਣੀ ਆ ਭਰਾਵਾਂ ਨੂੰ ਜਨਾਬ, ਇਹ ਜਾਏ ਮਗਰ ਝੋਟੀ ਦੇ ਕੱਟਾ ਜਨਾਬ, ਰੱਤਾ ਕੱਟਾ। ਲਓ ਜੀ, ਅੱਛਾ ਜੀ, ਹਾਂਜੀ ਝੋਟੀ ਦੀ ਗੱਲ ਸੁਣਾਓ ਜੀ, ਇਹਦੀ ਸੁਣਾਓ ਜੀ ਗੱਲ। ਝੋਟੀ ਦਾ ਮੁੱਲ ਤਾਂ ਲਾਲਾ ਜੀ ਕਰਨੇ ਆ 3,60,000, ਠੀਕ ਹੋ ਗਿਆ। ਕਿਸੇ ਭਰਾ ਨੂੰ ਪਸੰਦ ਹੋਵੇ ਤਾਂ 3,20,000 ਦੀ ਝੋਟੀ, 3,20,000 ਦੀ ਝੋਟੀ ਲੱਭ ਜਾਏਗੀ। ਕਿਸੇ ਭਰਾ ਨੂੰ ਪਸੰਦ ਹੋਵੇ ਤਾਂ ਕਿਤਨੀਆਂ ਧਾਰਾਂ ਸੂ? ਧਾਰਾਂ ਥੱਲੇ 12 ਡੱਬੇ, ਦੋਵਾਂ ਟਾਈਮਾਂ ਦਾ 12 ਡੱਬੇ ਦੁੱਧ ਦੇ ਜਨਾਬ, ਠੀਕ ਹੈ। 3,00,000 ਤੇ
20,000 ਦੀ ਝੋਟੀ ਜਨਾਬ ਲੱਭ ਜਾਏਗੀ, 3,00,000 ਤੇ 20,000 ਦੀ ਝੋਟੀ ਲੱਭ ਜਾਏਗੀ। 12 ਡੱਬੇ ਧਾਰਾਂ ਨੇ, ਕਿਤਮਾ ਸੁਆ ਸੂਈ ਹੈ, ਤੀਸਰਾ ਸੁਆ ਸੂਈ ਹੈ, ਠੀਕ ਹੈ। ਲਓ ਜੀ ਇਹ ਹੋ ਗਿਆ ਦੋ, ਉਹ ਤੀਸਰੀ ਇੱਕ ਜਿਹੜੀ ਉਹਨੂੰ ਬੈਠੀ ਦੀ ਗੱਲ ਸੁਣਾ ਦਿਓ। ਜਨਾਬ ਨੰਬਰ ਆਪਣਾ ਬੋਲ ਦਿਓ। 0340 ਜੀ 1579043। ਇੱਕ ਵਾਰ ਫਿਰ ਬੋਲ ਦਿਓ। 0340 1579043। ਲਓ ਜੀ ਜਨਾਬ ਇਹ ਨੰਬਰ ਹੈ। ਕਿਸੇ ਭਰਾ ਨੂੰ ਜਨਾਬ ਝੋਟੀਆਂ ਚਾਹੀਦੀਆਂ ਹੋਣ, ਮੱਝਾਂ ਚਾਹੀਦੀਆਂ ਹੋਣ, ਜਨਾਬ ਬੜੀਆਂ ਸੋਹਣੀਆਂ ਸੋਹਣੀਆਂ ਪਹਿਲਾਂ ਝੋਟੀਆਂ ਇਹਨਾਂ ਦੇ ਕੋਲ ਦਸਤਿਆਬ ਹੁੰਦੀਆਂ ਨੇ, ਕਿਸੇ ਭਰਾ ਨੂੰ ਚਾਹੀਦੀਆਂ ਹੋਣ ਤੁਸੀਂ ਰਾਬਤਾ ਕਰ ਸਕਦੇ ਜੀ, ਠੀਕ ਹੈ। ਬਹੁਤ ਹਾਂਜੀ ਸੁਣਾਓ। ਮਾਸ਼ਾਅੱਲਾ ਵਾਹ ਜੀ ਵਾਹ, ਜੋੜੀਆਂ ਜਾਂਦੀਆਂ ਨੇ ਨਾ ਪੀਆਂ ਦੇ ਨਾ, ਥਮ ਥਮ ਕਰਦੀਆਂ ਜੋੜੀਆਂ ਜਾਂਦੀਆਂ ਨੇ ਪੀਆਂ, ਵਾਹ ਜੀ ਵਾਹ, ਵਾਹ ਜੀ ਵਾਹ। ਮਾਸ਼ਾਅੱਲਾ ਉਹ ਨਾ ਲਿਆਓ ਜੀ, ਜਨਾਬ ਝੋਟੀਆਂ ਵੇਖਣੀਆਂ ਨੇ ਜਨਾਬ ਭਰਾਵਾਂ ਨੇ, ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਝੋਟੀਆਂ ਵੇਖ ਲੈਣੀਆਂ ਨੇ। ਮਾਸ਼ਾਅੱਲਾ ਆ ਇਹਨਾਂ ਜੋੜੀਆਂ ਜਨਾਬ ਆ ਜਿਹਨੂੰ ਜੋੜੀਆਂ ਜਿਹੜੀਆਂ ਨੇ ਮੰਡੀ ਦੇ ਵਿੱਚ ਰੌਣਕ ਲਾਈ ਹੈ ਜੋੜੀ ਨੇ। ਬਹੁਤ ਜੀ ਜਨਾਬ ਜੋੜੀ ਵੇਖਣੀ ਹੈ ਜਨਾਬ ਭਰਾਵਾਂ ਨੇ, ਵਾਨੇ ਵੇਖਣੇ ਨੇ ਜਨਾਬ ਝੋਟੀਆਂ ਦੇ ਜਨਾਬ ਭਰਾਵਾਂ ਨੇ, ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੂੰ ਝੋਟੀਆਂ ਦਿਖਾਉਣੀਆਂ ਨੇ, ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੂੰ ਝੋਟੀਆਂ ਦਿਖਾਉਣੀਆਂ ਨੇ, ਝੋਟੀਆਂ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖਣੀਆਂ। ਆਹ ਮਾਸ਼ਾਅੱਲਾ, ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ। ਵੇਖੋ ਜੀ ਜਨਾਬ ਲਿਬਾਸ ਵੇਖਣਾ ਜਨਾਬ ਭਰਾਵਾਂ ਨੇ ਝੋਟੀ ਦਾ, ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਝੋਟੀਆਂ ਵੇਖ ਲੈਣੀਆਂ ਨੇ। ਆਏ ਮਾਸ਼ਾਅੱਲਾ, ਸੋਹਣੇ ਲਿਬਾਸ ਨੇ ਜਨਾਬ ਝੋਟੀਆਂ ਕੋਲ। ਹੋਰ ਜਨਾਬ ਝੋਟੀਆਂ ਦੋਵੇਂ ਝੋਟੀਆਂ ਜਨਾਬ ਸੋਹਣੀਆਂ ਸੁਥਰੀਆਂ ਝੋਟੀਆਂ ਨੇ, ਜਾ ਇਹਨਾਂ ਦੇ ਕਿਹੜੇ ਨੇ, ਉਹ ਪਰਲੇ ਦੋਵੇਂ ਨੇ, ਜਾ ਇਹ ਜਾ ਨੇ ਜਨਾਬ ਦੋਵੇਂ। ਜਾਵਾਂ ਸਮੇਤ ਦਿਖਾਉਂਦੇ ਹਾਂ ਜਨਾਬ ਝੋਟੀ, ਜਾਵਾਂ ਸਮੇਤ ਦਿਖਾਉਂਦੇ ਹਾਂ, ਪੂਰੀ ਤਸੱਲੀ ਨਾਲ ਝੋਟੀਆਂ ਦਿਖਾਉਂਦੀਆਂ ਨੇ ਕਿ ਭਰਾਵਾਂ ਨੇ। ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ। ਲਓ ਜੀ ਹੱਥ ਇੱਕ ਵਾਰੀ ਦੋਵਾਂ ਨੂੰ ਇਕੱਠਿਆਂ ਕਰੋ, ਹਾਂ ਇਹਨੂੰ ਥੋੜ੍ਹਾ ਕੁ ਇਹਦੇ ਨਾਲ ਕਰੀਓ ਇਕੱਠਿਆਂ। ਇਹ ਚਲੋ ਨਹੀਂ ਜਾਵਾਂ ਦੇ ਕੋਲ ਉੱਥੇ ਹੀ ਬਸ 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 ਠੀਕ। ਮਾਸ਼ਾਅੱਲਾ ਜੀ ਹੋ ਜੀ, ਹੁਣ ਝੋਟੀਆਂ ਦੀ ਗੱਲ ਸੁਣਾਓ ਜੀ। ਝੋਟੀਆਂ ਮਾਸ਼ਾਅੱਲਾ ਦੋਵੇਂ ਜਨਾਬ ਸੋਹਣੀਆਂ ਝੋਟੀਆਂ ਨੇ, ਅੱਲਾ ਪਾਕ ਜ਼ਿੰਦਗੀ ਕਰੇ ਨੇ, ਸੋਹਣੀਆਂ ਝੋਟੀਆਂ ਨੇ ਜਨਾਬ।
ਅੱਜ ਨਿੱਕਾ ਕਿੱਧਰ ਗਿਆ? ਅੱਜ ਨਿੱਕਾ ਕਿੱਧਰ ਗਿਆ? ਇਹਦੇ ਕਾ ਉਹਨਾਂ ਲਿਆਓ ਜੀ ਇੱਥੇ ਕੈਮਰਾ, ਮੈਂ ਮਾਰਦਾ। ਅੱਛਾ ਅੱਛਾ, ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ, ਆਏ ਮਾਸ਼ਾਅੱਲਾ, ਮਾਸ਼ਾਅੱਲਾ। ਉਹ ਜੀ ਪੂਰਾ ਲਿਬਾਸ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਵੇਖਣਾ, ਮਾਸ਼ਾਅੱਲਾ ਜੀ। ਠੀਕ ਹੈ ਲੋ ਜੀ। ਅੱਛਾ ਜੀ, ਇਹਦੀ ਗੱਲ ਸੁਣਾਓ। 5 ਲੱਖ ਰੁਪਈਆ ਮੁੱਲ ਕਰਨੀ। 5 ਲੱਖ ਜੀ, ਠੀਕ ਹੋ ਗਿਆ। ਕਿੰਨੀਆਂ ਧਾਰਾਂ ਸੂ? ਇਹਦੇ ਕੋਲ ਦੁੱਧ 14 ਸੇਰ ਹੈ। 14 ਸੇਰ ਪੂਰੀ ਤਸੱਲੀ ਨਾਲ ਮੰਝੇ। ਠੀਕ ਹੈ, 14 ਸੇਰ ਦੁੱਧ ਜਨਾਬ ਤਸੱਲੀ ਨਾਲ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆਉਂਦਾ, ਤਸੱਲੀ ਆ ਰਿਹਾ। ਠੀਕ ਹੈ, 14 ਸੇਰ ਧਾਰਾਂ ਦੇ ਹੈ ਵੀ ਪਹਿਲਾਂ ਨਹੀਂ, 10 ਰੁਪਈਆ ਵੀ ਨਹੀਂ ਲਾਣ ਲੈ ਚੋਕ। ਠੀਕ ਹੈ, 5 ਲੱਖ ਰੁਪਈਆ ਦਾ 5 ਲੱਖ ਰੁਪਈਆ ਮੁੱਲ ਹੈ। 5 ਲੱਖ ਰੁਪਈਆ ਮੁੱਲ ਕਰਨੇ ਜਨਾਬ, 4,60,000 ਰੁਪਈਆ ਦੀ ਜਨਾਬ ਝੋਟੀ ਦੇ ਦੇਣੀ ਹੈ। ਤੇ ਪਹਿਲਾਂ ਝੋਟੀ ਹੈ ਜਨਾਬ, ਤੇ ਪੂਰਾ ਤਸੱਲੀ ਆ ਰਿਹਾ ਜਨਾਬ। 14 ਕਿਲੋ ਦੁੱਧ ਆਉਂਦਾ ਜਨਾਬ, ਤੇ ਜਿਹੜੀ ਨਾਲ ਜਗਲੀ ਉਹਦਾ ਵੀ 5 ਲੱਖ ਹੈ। ਉਹਦੇ ਕੋਲ ਕਿੰਨੀਆਂ ਧਾਰਾਂ ਨੇ? ਉਹਦੇ ਕੋਲ 13-14 ਸੇਰ 13-14 ਸੇਰ ਦੁੱਧ ਉਹਦੇ ਕੋਲ ਵੀ। ਠੀਕ ਹੈ, ਜਾ ਉਹਦੇ ਮਗਰ ਕੀ ਹੈ? ਦੋਵਾਂ ਮਗਰ ਇਕੱਠੇ ਨੇ। ਉਹਦਾ ਵੀ 5 ਲੱਖ ਰੁਪਈਆ ਮੁੱਲ ਹੈ, ਤੇ 14-15 ਸੇਰ ਧਾਰਾਂ ਨੇ ਉਹਦੇ ਕੋਲ। ਲੋ ਜੀ ਜਨਾਬ, ਉਹ ਜਿਹੜੀ ਅਗਲੀ ਤ੍ਰੀਜੀ ਉਹ ਵੀ ਤੁਹਾਡੀ ਹੈ? ਉਹਦਾ ਕੀ ਮੁੱਲ ਹੈ? ਸਾਢੇ 4 ਲੱਖ ਉਹਦੇ ਕੋਲ ਕਿੰਨੀਆਂ ਧਾਰਾਂ ਨੇ? ਉਹਦੇ ਕੋਲ 12 ਸੇਰ 12 ਸੇਰ ਦੁੱਧ ਹੈ। ਉਹਦੇ ਮਗਰ ਵੀ ਕਟਾਈ ਹੈ? ਉਹ ਕਿਤਨੇ ਸੂਏ ਸੂਈ ਹੈ? ਪਹਿਲਾਂ ਨਹੀਂ ਉਹ ਵੀ। ਠੀਕ ਹੈ ਜੀ, ਨੰਬਰ ਆਪਣਾ ਬੋਲ ਦਿਓ। 0341 ਜੀ ਜੀ 6028985। ਇੱਕ ਵਾਰੀ ਫਿਰ ਬੋਲ ਦਿਓ। 0341 ਜੀ ਜੀ 6028985। ਲੋਕੇਸ਼ਨ ਆਪਣੀ ਜੀ, ਤਹਿਸੀਲ ਵਾਜ਼ਿਲਾ ਗੁਜਰਾਤ, ਥਾਣਾ ਕੰਜਾ ਜੀ ਜੀ, ਪਿੰਡ ਚੱਕਾਜ਼ੀ। ਚੱਕ ਕਾਜ਼ੀ ਸਾਰੋਕੀ ਦੇ ਨਾਲ ਪਿੰਡ ਹੈ, ਨਹਿਰ ਤੇ ਕਾਜ਼ੀ ਚੱਕ, ਕਾਜ਼ੀ ਚੱਕ ਇਹਦੇ ਕਾਜ਼ੀ। ਉਹ ਜੀ ਜਨਾਬ, ਛੋਟੀਆਂ ਭਰਾਵਾਂ ਨੂੰ ਪੂਰੀ ਤਸੱਲੀ ਨਾਲ ਦਿਖਾ ਦਿੱਤੀਆਂ ਨੇ ਜਨਾਬ, ਲੋਕੇਸ਼ਨ ਵੀ ਦੱਸ ਦਿੱਤੀ ਹੈ, ਨੰਬਰ ਵੀ ਦੱਸ ਦਿੱਤਾ। ਪੂਰੀ ਆਪਣੀ ਚੋਚ ਵਾ ਕੇ ਖੜਨੀਆਂ ਨੇ, ਇਹ ਨਹੀਂ ਵਾ ਕੋਈ ਇੱਥੇ ਦਾ ਫਰੇਬ ਵਾਲਾ ਕੰਮ ਨਹੀਂ। ਇੰਝ ਗੱਲ ਹੈ, ਪੂਰੀ ਤਸੱਲੀ ਵਾਲਾ ਜਨਾਬ ਕੰਮ ਹੁੰਦਾ ਜਨਾਬ, ਦਾ ਫਰੇਬ ਵਾਲਾ ਕੰਮ ਕੋਈ ਹੁੰਦਾ ਜਨਾਬ। ਤੁਸੀਂ ਆਪਣੀ ਪੂਰੀ ਤਸੱਲੀ ਕਰਕੇ ਚੋਚ ਵਾ ਕੇ ਜਨਾਬ, ਅਤੇ ਜਨਾਬ ਤੁਸੀਂ ਇੱਥੇ ਲੈ ਕੇ ਜਾ ਸਕਦੇ ਹੋ। ਅਗਰ ਕਿਸੇ ਭਰਾ ਨੂੰ ਜਨਾਬ ਇਸੇ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਝੋਟੀਆਂ ਚਾਹੀਦੀਆਂ ਹੋਣ ਤਾਂ ਤੁਸੀਂ ਰਾਬਤਾ ਕਰ ਸਕਦੇ ਹੋ। ਪੂਰੀ ਤਸੱਲੀ ਕਰਨੀ ਹੈ, ਪੈਸੇ ਸਾਨੂੰ ਤਸੱਲੀ ਨਾਲ ਲੈਣੇ ਨੇ, ਚੰਗਾ ਤਸੱਲੀ ਨਾਲ ਦੇਣਾ ਜੀ। ਠੀਕ ਹੈ ਜਨਾਬ, ਪਾਣੀ ਹੋਰ ਜੀ, ਬੜੀ ਮਿਹਰਬਾਨੀ ਜਨਾਬ, ਹੋ ਗਿਆ। ਹਾਂ ਹਾਂਜੀ ਸੁਣਾਓ। ਵਾਲੇਕੁਮ ਸਲਾਮ, ਕੀ ਹਾਲ ਹੈ ਜਨਾਬ? ਠੀਕ ਹੋ? ਲੋ ਜੀ ਜਨਾਬ, ਮਾਸ਼ਾਅੱਲਾ ਜੀ, ਲੋ ਜਨਾਬ ਪੂਰਾ ਜਨਾਬ ਮੰਡੀ ਦਾ ਮੂੰਹ ਮੱਥਾ ਜਨਾਬ ਗਾਵਾਂ ਨੇ।
ਠੀਕ ਹੋ ਗਿਆ ਲੋ ਜੀ ਦੋਂਦੀ ਗਾਂ ਜਨਾਬ ਗਾਂ ਭਰਾਵਾਂ ਨੇ ਵੇਖਣੀ ਜਨਾਬ ਪੂਰੀ ਤਸੱਲੀ ਨਾਲ ਆਏ ਮਾਸ਼ਾਅੱਲਾ ਆਏ ਮਾਸ਼ਾਅੱਲਾ ਪਿੱਛੇ ਬੱਚੇ ਆਪ ਵੀ ਵੱਛੀ ਹੈ ਤੇ ਮਗਰ ਵੀ ਵੱਛੀ ਹੈ ਦੋ ਵੱਛੀਆਂ ਹੋ ਗਈਆਂ ਨਾ ਲੋ ਜੀ ਜਨਾਬ ਲੋ ਜੀ ਵਹਿੜੀ ਵੇਖਣੀ ਹੈ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਵਹਿੜੀ ਵੇਖ ਲੈਣੀ ਹੈ ਆਏ ਮਾਸ਼ਾਅੱਲਾ ਆਏ ਮਾਸ਼ਾਅੱਲਾ ਆਏ ਮਾਸ਼ਾਅੱਲਾ ਲੋ ਜੀ ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਵਹਿੜੀ ਵੇਖਣੀ ਹੈ ਆਏ ਮਾਸ਼ਾਅੱਲਾ ਆਏ ਮਾਸ਼ਾਅੱਲਾ ਹੋ ਜੀ ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਵਹਿੜੀ ਵੇਖ ਲੈਣੀ ਹੈ ਸੋਹਣੀ ਵੇਲ ਹੈ ਜਨਾਬ ਵੇਲ ਵੇਖਣੀ ਹੈ ਭਰਾਵਾਂ ਨੇ ਵਹਿੜੀ ਦੀ ਸੋਹਣੀ ਵੇਲ ਹੈ ਸੋਹਣਾ ਵਾਹਣਾ ਜਨਾਬ ਥਣ ਜਨਾਬ ਵੇਖਣੇ ਨੇ ਭਰਾਵਾਂ ਨੇ ਜਨਾਬ ਸੋਹਣੇ ਮੁੱਠ ਮੁੱਠ ਥਣ ਨੇ ਵਾਹਣਾ ਵਾਲ ਵੇਖਣਾ ਜਨਾਬ ਲਿਬਾਸ ਸੋਹਣਾ ਲਿਬਾਸ ਹੈ ਵਹਿੜੀ ਕੋਲ ਕੋਈ ਸ਼ੱਕ ਨਹੀਂ ਇਹਦੇ ਵਿੱਚ ਲੋ ਜੀ ਮਗਰ ਜਾ ਵੀ ਵੱਛੀ ਹੈ ਆਪ ਵੀ ਵੱਛੀ ਹੈ ਅਤੇ ਮਗਰ ਵੀ ਵੱਛੀ ਹੈ ਲੋ ਜੀ ਅੱਛਾ ਜੀ ਇਹਦੀ ਗੱਲ ਸੁਣਾਓ ਜੀ ਬੋਲਤੇ ਦਾ ਕਰਨੇ 6.5 ਲੱਖ ਰੁਪਈਆ ਠੀਕ ਹੋ ਗਿਆ ਹੁਣ ਤੁਹਾਡੇ ਚੈਨਲ ਦੀ ਤਰਫੋਂ ਹੈ ਅਸੀਂ ਡਿਸਕਾਊਂਟ ਕਰਾਂਦੇ ਫੁੱਲ ਆਫਰ ਦੇਾਂਦੇ ਠੀਕ ਹੋ ਗਿਆ 5 ਲੱਖ ਤੇ 80,000 ਰੁਪਈਆ ਲੋ ਜੀ ਜਨਾਬ 6.5 ਲੱਖ ਰੁਪਈਆ ਮੁੱਲ ਕਰਦੇ ਨੇ ਪਏ ਜਨਾਬ ਡਿਸਕਾਊਂਟ ਚੈਨਲ ਦੇ ਹਵਾਲੇ ਨਾਲ ਕਰਕੇ ਤੇ 5,80,000 ਰੁਪਈਆ ਦੀ ਜਨਾਬ ਵਹਿੜੀ ਹੈ ਵਹਿੜੀ ਜਨਾਬ ਪੂਰੀ ਸੋਹਣੀ ਜਨਾਬ ਸੋਹਣਾ ਲਿਬਾਸ ਹੈ ਵਹਿੜੀ ਕੋਲ ਬਿਲਕੁਲ ਕੱਢਦੀ ਹੈ ਇੰਜੇ ਗੱਲ ਦੋ ਦੰਦ ਕੱਢਦੀ ਹੈ ਪਈ ਵਾਹ ਜੀ ਵਾਹ ਮਾਸ਼ਾਅੱਲਾ ਲੋ ਜੀ 5,80,000 ਰੁਪਏ ਦੀ ਜਨਾਬ ਤੁਹਾਨੂੰ ਵਹਿੜੀ ਮਿਲ ਸਕਦੀ ਹੈ ਕਿਤਨੀਆਂ ਕੁ ਧਾਰਾਂ ਦਿੰਦੀ ਹੈ ਵੀ ਜੀ ਵਹਿੜੀ ਸੂਈ ਜੇ ਪਰਸੋਂ ਦੀ ਵਹਿੜੀ ਕੋਲ ਹੁਣ ਫਿਲਹਾਲ 18 ਲੀਟਰ ਦੁੱਧ ਹੈ ਅਈ ਸ਼ਾਬਾਸ਼ ਹੈ ਲੋ ਜੀ ਪਰਸੋਂ ਦੀ ਸੂਈ ਹੈ ਇਹ 18 ਕਿਲੋ ਜਨਾਬ ਦੁੱਧ ਹੈ ਇਹ ਉਹਦੇ ਸਾਰੀ ਗੱਲ ਜੀ ਰਾਤ ਟੁਰਦੀ ਹੈ ਤੇ ਫਿਰ ਦੁੱਧ ਜੇ ਵਧਣਾ ਹੈ ਵਹਿੜੀ ਵਧਣਾ ਹੈ ਤੇ ਇਹ ਜੇ ਹੁਣ ਹੀ 18 ਕਿਲੋ ਹੈ ਤੇ ਫਿਰ ਜੇ ਰਾਤ ਟੁਰੇ ਤੇ ਫਿਰ ਤਾਂ ਮਾਸ਼ਾਅੱਲਾ ਕਿਆ ਹੀ ਬਾਤ ਹੈ ਲੋ ਜੀ ਅੱਛਾ ਜੀ ਤੇ ਇਹ ਜਿਹੜੀ ਅਗਲੀ ਦੇ ਨਾਲ ਇਹ ਮੂੰਹ ਚ ਛਿੱਗੀ ਹੈ ਜੀ ਮੂੰਹ ਚ ਛਿੱਗੀ ਹੈ ਜੀ ਠੀਕ ਹੋ ਗਿਆ ਜੀ ਉਹਦੇ ਪਿੱਛੇ ਬੱਚਾ ਜੀ ਬੱਚਾ ਉਹਦੇ ਮਗਰ ਠੀਕ ਹੋ ਗਿਆ ਤੇ ਉਹ ਇਹ ਸੂਆ ਕਿਤ ਮੈਂ ਜੀ ਇਹ ਦੂਜਾ ਸੂਆ ਹੈ ਦੂਜਾ ਸੂਆ ਹੈ ਜਾ ਮਗਰ ਬੱਚਾ ਤੇ ਕਿੰਨਾ ਚਿਰ ਹੋ ਗਿਆ ਸੂਆ ਇਹ ਜੀ ਸੂਈ ਜੇ ਜੁਮੇਰਾਤ ਦੇ ਦਿਨ ਜੁਮੇਰਾਤ ਆਰੇ ਦਿਨ ਸੂਈ ਜੀ ਬਹੁਤ ਦੀ ਜੁਮੇਰਾਤ ਦੀ ਰਾਤ ਨੂੰ ਸੂਈ ਠੀਕ ਹੋ ਗਿਆ ਮੈਂ 3-4 ਦਿਨ ਹੀ ਹੋਏ ਜੀ ਤੇ ਇਹ ਕਿੰਨਾ ਕੋ ਇਸ ਟਾਈਮ ਧਾਰਾ ਦੇ ਰਹੀ ਹੈ ਇਹਦੇ ਕੋਲ ਜੀ 14 ਕਿਲੋ ਤੋਂ 14 ਕਿਲੋ ਦੁੱਧ ਤੇ ਕਿਹੜਾ ਮੁੱਲਾਂ ਵਿੱਚ ਇਹਦੀ ਜੀ ਮੁੱਲ ਸੀ ਉਹ ਹੀ ਫੇਰ ਵੀ ਵਾਲਾ ਦੇ ਆਂਦੇ ਤੁਹਾਡੇ ਚੈਨਲ ਵਾਸਤੇ ਇਹਦੇ ਉੱਤੇ ਡਿਸਕਾਊਂਟ ਵੰਦੇ ਆਂਦੇ ਮੁੱਲ ਤੇ ਇਹਦਾ ਅਸੀਂ ਕਰਦੇ ਜੇ 4,50,000 ਰੁਪਈਆ ਜੇ ਕਿਸੇ ਪ੍ਰਾਊ ਲੈਣੀ ਹੋਵੇ 3,90,000 ਰੁਪਈਏ ਦੀ ਲੋ ਜੀ 3,90,000 ਰੁਪਈਆ ਦੀ ਜਨਾਬ ਤੁਹਾਨੂੰ ਲੱਭ ਜਾਏਗੀ ਅਗਰ ਕੋਈ ਭਰਾ ਜਨਾਬ ਰਾਬਤਾ ਕਰਦਾ ਅੱਛਾ ਆਪਣਾ ਨੰਬਰ ਬੋਲ ਦਿਓ 03404556429 ਇੱਕ ਵਾਰ ਫਿਰ ਬੋਲ ਦਿਓ ਤੇ ਇੱਕ ਨਾਲੇ ਨਾ ਪੰਜਾਬੀ ਵਿੱਚ ਜਿਹੜਾ 03045545459 ਲੋ ਜੀ ਨੰਬਰ ਜਨਾਬ ਤੁਹਾਨੂੰ ਦੋ ਸੂਰਤਾਂ ਦੇ ਵਿੱਚ ਦੱਸ ਦਿੱਤਾ ਆ ਪੰਜਾਬੀ ਵਿੱਚ ਤਾਂ ਕਿਹਾ ਕਿ ਕੋਈ ਮੇਰੇ ਨਾਲ ਦੇ ਬੰਦੇ ਹੁੰਦੇ ਉਹਨਾਂ ਨੂੰ ਸਮਝ ਆ ਜਾ ਤੇ ਲੋ ਜੀ ਜਨਾਬ ਤੇ ਇਹਨਾਂ ਦੀ ਲੋਕੇਸ਼ਨ ਜੇ ਜਨਾਬ ਫਾਲੀਆ ਜੀ ਫਾਲੀਆ ਤਹਿਸੀਲ ਫਾਲੀਆ ਜੇ ਪਾੜਿਆਂ ਵਾਲੀ ਜਿਹੜਾ ਕਸਬਾ ਜੇ ਉਹ ਲੋਕੇਸ਼ਨ ਜੇ ਇਹਨਾਂ ਦੀ ਪਾੜਿਆਂ ਵਾਲਾ ਜਨਾਬ ਲੋਕੇਸ਼ਨ ਹੈ ਕਸਬਾ ਤਹਿਸੀਲ ਫਾਲੀਆ ਫਾਲੀਆ ਜਨਾਬ ਅਗਰ ਕਿਸੇ ਭਰਾ ਨੂੰ ਜਨਾਬ ਕੋਈ ਗਾਵਾਂ ਸ਼ਾਵਾਂ ਕੋਈ ਬੈੜੀਆਂ ਜਨਾਬ ਸੋਹਣੀਆਂ ਸੁਥਰੀਆਂ ਚਾਹੀਦੀਆਂ ਹਨ ਤੇ ਤੁਸੀਂ ਜਨਾਬ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ ਜਨਾਬ ਹਾਂ ਜੀ ਸੁਣਾਓ ਠੀਕ ਹੋ ਨਾਲੇ ਕੀ ਗੱਲ ਹੈ ਕਿਉਂ ਨੀ ਟੁੱਟਦੀ ਪਈ ਕੀ ਪਾਲੀ ਇਹ ਤੋਂ ਸਾਫ ਸਾਫ
ਵੱਡੀ ਹੈ ਅਸਲਾਮ ਵਾਲੇਕੁਮ ਜੀ ਸੁਣਾਓ ਕੀ ਹਾਲ ਹੈ ਮਾਸ਼ਾਅੱਲਾ ਜਨਾਬ ਸੋਹਣਾ ਜਨਾਬ ਸੋਹਣੇ ਜਾਨਵਰ ਨੇ ਸੋਹਣੇ ਜਾਨਵਰ ਨੇ ਮਾਸ਼ਾਅੱਲਾ ਇਹਨਾਂ ਤਿੰਨਾਂ ਦੀਆਂ ਇਕੱਠੀਆਂ ਕਰ ਮਾਸ਼ਾਅੱਲਾ ਲਓ ਜੀ ਜਨਾਬ ਝੋਟੀ ਵੇਖਣੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੂੰ ਝੋਟੀ ਦਿਖਾਉਣੀ ਹੈ ਮਾਸ਼ਾਅੱਲਾ ਸੋਹਣਾ ਲਿਬਾਸ ਹੈ ਜਨਾਬ ਝੋਟੀ ਕੋਲ ਝੋਟੀ ਕੋਲ ਲਿਬਾਸ ਜਨਾਬ ਸੋਹਣਾ ਲਿਬਾਸ ਹੈ ਝੋਟੀ ਕੋਲ ਸੋਰੀ ਹਾਂਜੀ ਝੋਟੀ ਦੀ ਗੱਲ ਦੱਸੋ ਜੀ ਕੋਈ ਅੱਗੇ ਕੀ ਮੰਗ ਰਹੇ ਹੋ ਤੁਸੀਂ ਆ ਜਾਓ ਜੀ ਹਾਂਜੀ ਝੋਟੀ ਦਾ ਕੀ ਮੰਗ ਰਹੇ ਹੋ ਸੋਹਣਾ ਲਿਬਾਸ ਜਨਾਬ ਪੁਸ਼ਲ ਜ਼ਮੀਨ ਨਾਲ ਲੱਗਦਾ ਪਿਆ ਵਾਨਾ ਲਿਬਾਸ ਜਨਾਬ ਸੋਹਣਾ ਝੋਟੀ ਕੋਲ ਅੱਛਾ 5 ਲੱਖ ਰੁਪਈਆ 8 ਲੱਖ ਰੁਪਈਆ 8 ਲੱਖ ਰੁਪਈਆ ਮਾਸ਼ਾਅੱਲਾ ਤੇ ਕਿਤਨੀਆਂ ਕੁ ਧਾਰਾਂ ਸੋ ਦੁੱਧ ਆ 14-15 ਕਿਲੋ 14-15 ਕਿਲੋ ਦੁੱਧ ਹੈ ਜਾ ਮਗਰ ਕੀ ਹੈ ਕੱਟਾ ਨਾਲ ਕੱਚੀ ਸੂਈ ਹੈ ਕਿਤਨੇ ਕੁ ਦਿਨ ਹੋ ਗਏ ਸੋ ਇਹ ਸੂਈ ਹੈ 5-7 ਦਿਨ ਹੋ ਗਏ 5-7 ਦਿਨ ਹੋ ਗਏ ਨੇ 8 ਲੱਖ ਰੁਪਈਆ 14-15 ਕਿਲੋ ਧਾਰਾਂ ਨੇ ਕਿ ਆਪਣੀ ਲੋਕੇਸ਼ਨ ਕੀ ਹੈ ਲੋਕੇਸ਼ਨ ਸਾਡੀ ਗਾਖੜਾ ਕਲਾਂ ਨੰਬਰ ਕੀ ਹੈ ਆਪਣਾ ਨੰਬਰ 0359-4424-215 ਇੱਕ ਵਾਰ ਫਿਰ ਬੋਲ ਦਿਓ 0359-4424-215 ਲਓ ਜੀ ਇੱਕ ਬੰਦੇ ਨੇ ਨਾ ਮੈਸੇਜ ਕੀਤਾ ਸੀ ਬਲਕਿ 2-3 ਵਾਰੀ ਉਹਨੇ ਮੈਸੇਜ ਕੀਤਾ ਆ ਕਿ ਇੱਕ ਤਨਵੀਰ ਸਾਰੋ ਕੀ ਆ ਰਹੇ ਦੀ ਤੇ ਇੱਕ ਗਾਖੜੇ ਆਰਿਆਂ ਦੀ ਵੀਡੀਓ ਬਣਾਓ ਅੱਜ ਗਾਖੜੇ ਆਰੇ ਵੀ ਲੱਭ ਹੀ ਗਏ ਨੇ ਤੇ ਠੀਕ ਹੋ ਗਿਆ ਜਨਾਬ ਅੱਛਾ ਜੀ ਲਓ ਜੀ ਤੇ ਇਹ ਜਿਹੜੀਆਂ ਦੋ ਜੇ ਠੀਕ ਹੋ ਜੀ ਲੋ ਜੀ ਫਾਈਨਲ 5,10,000 ਜਿਹੜਾ 5,65,000 ਕਰਨੇ ਫਾਈਨਲ 5,10,000 ਦੀ ਦੇ 5,10,000 ਦੀ ਦੇ ਦੇਣੀ ਹੈ ਠੀਕ ਹੋ ਗਿਆ ਤੇ ਉਹ ਜਿਹੜੀ ਅਗਲੀ ਜੇ ਝੋਟੀਆਂ ਦਿਖਾ ਦਿੱਤੀਆਂ ਨੇ ਤੇ ਮੁੱਲ ਵੀ ਦੱਸ ਦਿੱਤੇ ਨੇ ਤੇ ਜਿਹੜੇ ਜਨਾਬ ਇੱਕ ਭਾਈ ਹੋਰੀ ਗਾਖੜੇ ਆ ਰਹੇ ਦੀ ਵੀਡੀਓ ਵੇਖਣਾ ਚਾਹੁੰਦੇ ਸੀ 2-3 ਦਫਾ ਉਹਨਾਂ ਨੇ ਮੈਸੇਜ ਕੀਤਾ ਆ ਅੱਜ ਜਨਾਬ ਸਾਹਿਬਾਨ ਸਾਨੂੰ ਕਾਖੜਿਆ ਨਾਲ ਵੀ ਸਾਡੀ ਮੁਲਾਕਾਤ ਹੋ ਗਈ ਹੈ ਤੇ ਚਲੋ ਭਾਈਦਾਨ ਦੀ ਵੀ ਜਿਹੜੀ ਫਰਮਾਇਸ਼ ਉਹ ਪੂਰੀ ਹੋ ਗਈ ਤੇ ਕਾਖੜਿਆਰਿਆਂ ਦੇ ਵੀ ਜਨਾਬ ਤੁਹਾਨੂੰ ਮੱਝਾਂ ਦੱਸ ਦਿੱਤੀਆਂ ਨੇ ਮੱਝਾਂ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖ ਲਈਆਂ ਨੇ
ਇਹ ਜਿਹੜੀ ਝੋਟੀ ਆ ਤੇ ਬਾਤ ਹੀ ਕੀ ਹੈ? ਅੱਛਾ ਕਿਹੜੀ ਦੀ? ਮਾਸ਼ਾਅੱਲਾ ਜਨਾਬ, ਲੋ ਜੀ ਮੱਝ ਵੇਖਦੀ ਜਨਾਬ ਭਰਾਵਾਂ ਨੇ ਪੂਰੀ ਤਸੱਲੀ ਨਾਲ, ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ। ਮਾਸ਼ਾਅੱਲਾ ਜਨਾਬ, ਹੈ ਮਾਸ਼ਾਅੱਲਾ, ਪੂਰੀ ਤਸੱਲੀ ਨਾਲ ਜਨਾਬ ਭਰਾਵਾਂ ਨੇ ਮੱਝ ਵੇਖ ਲੈਣੀ ਹੈ, ਸਿਰ ਤੋਂ ਲੱਗ ਕੇ ਪੈਰਾਂ ਤੱਕ ਜਨਾਬ ਭਰਾਵਾਂ ਨੇ ਵੇਖਣੀ ਹੈ ਮੱਝ। ਮਾਸ਼ਾਅੱਲਾ, 8 ਦਿਨ ਲੱਗੇ ਹੈ ਇੰਜੇ ਗੱਲ ਹੈ ਜਨਾਬ। ਲੋ ਜੀ 8 ਦਿਨ ਜਨਾਬ ਲੈਂਦੀ ਹੈ ਮੱਝ, ਮੱਝ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖ ਲੈਣੀ ਹੈ। ਲਿਬਾਸ ਵੇਖਣਾ ਜਨਾਬ ਭਰਾਵਾਂ ਨੇ ਮੱਝ ਦਾ, ਕੰਡ ਵੇਖਣੀ ਹੈ ਜਨਾਬ, ਪੁਸ਼ਲ ਤੋਂ ਲਾ ਕੇ ਜਨਾਬ ਸਿੰਘਾਂ ਤੱਕ ਜਨਾਬ ਸੋਹਣੀ ਬੁੱਤੀ ਹੈ ਜਨਾਬ ਮੱਝ ਕੋਲ। ਮੱਝ ਭਰਾਵਾਂ ਨੇ ਪੂਰੀ ਤਸੱਲੀ ਨਾਲ ਵੇਖ ਲੈਣੀ ਹੈ। ਠੀਕ ਹੋ ਗਿਆ ਜੀ, ਇਹਦੀ ਗੱਲ ਕੀ ਹੈ ਜੀ? ਇਹਦਾ ਮੁੱਲ ਤਾਂ ਕਰਦੇ 10 ਲੱਖ ਤੇ 8 ਲੱਖ ਤੇ 20 ਹਜ਼ਾਰ ਦੀ ਦੇ ਚਾਹੀਦੀ। 8 ਲੱਖ 20 ਹਜ਼ਾਰ ਦੀ ਦੇ ਦੇਣੀ ਹੈ। ਲੋ ਜੀ 10 ਲੱਖ ਰੁਪਇਆ ਮੁੱਲ ਕਰਦੇ ਨੇ, 8 ਲੱਖ ਤੇ 20 ਹਜ਼ਾਰ ਦੀ ਦੇ ਦੇਣੀ ਹੈ। ਕਿੰਨਾ ਸੁਆ ਸੋਨਾ ਸੋ? ਇਹ ਸੋਨਾ ਤੀਜਾ ਸੁਆ ਸੋਨਾ ਗਾਖੜੇ ਵਾਲਿਆਂ ਦੀ ਹੈ। ਠੀਕ ਆ, ਬਿਲਕੁਲ ਉਹ ਤੇ ਸਾਰੀ ਗੱਲ ਗਾਖੜੇ ਜੀ ਆ ਜਾਓ ਨੋਟਰੀ ਕਰੀ ਨਾ ਪਾਉਂਦੇ।